ਅੱਜ ਨਕੋਦਰ ਵਿਚ ਲੜਕੀਆਂ ਦੇ ਕਾਲਜ ਗੁਰੂ ਨਾਨਕ ਨੈਸ਼ਨਲ ਕਾਲਜ ਵਿਚ ਐਨੁਅਲ ਅਥਲੀਟ ਮੀਟ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ MLA ਸਰਦਾਰ ਪ੍ਰਗਟ ਸਿੰਘ ਜਲੰਧਰ ਕੈਂਟ ਤੋਂ, ਕੁਲਦੀਪ ਸਿੰਘ ਵਡਾਲਾ, ਕੇਵਲ ਸਿੰਘ ਤੱਖਰ, ਹਰਪ੍ਰੀਤ ਸਿੰਘ ਪੀਤਾ, ਬਲੈਕ ਬੈਲਟ 5 ਦੇ ਗੋਬਿੰਦ ਸਿੰਘ ਰਾਏ ਅਤੇ ਹੋਰ ਧਾਰਮਿਕ ਅਤੇ ਰਾਜਨੀਤਿਕ ਆਗੂ ਵੀ ਪੁੱਜੇ। ਵਿੱਚ ਪਹੁੰਚੇ ਅੱਜ ਦੇ ਮੁੱਖ ਮਹਿਮਾਨ ਪਦਮ ਸ਼੍ਰੀ ਸਰਦਾਰ ਪ੍ਰਗਟ ਸਿੰਘ ਹੋਰਾਂ ਦਾ ਅਤੇ ਹਰ ਦਿਲ ਅਜ਼ੀਜ਼ ਮਹਿਮਾਨ ਦਾ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ, ਸਮੂਹ ਸਟਾਫ ਮੈਂਬਰਾਂ ਵੱਲੋਂ, ਵਿਦਿਆਰਥੀਆਂ ਵੱਲੋਂ ਮੈਂ ਹਾਰਦਿਕ ਅਭਿਨੰਦਨ ਕਰਦੀ ਹੋਈ ਤਹਿ ਦਿਲ ਤੋਂ ਉਹਨਾਂ ਨੂੰ ਜੀ ਆਇਆਂ ਆਖਦੀ ਹਾਂ। ਬਹੁਤ ਹੀ ਸਤਿਕਾਰਯੋਗ ਸਰਦਾਰਨੀ ਪ੍ਰਭਜੋਤ ਕੌਰ ਜੀ, ਵਰਿੰਦਰਪਾਲ ਸਿੰਘ ਖਹਿਰਾ ਜੀ, ਕਾਲਜ ਦੀ ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ ਮੈਮ, ਫੈਕਲਟੀ ਮੈਂਬਰਸ ਔਰ ਵਿਦਿਆਰਥੀਓ, ਸਭ ਤੋਂ ਪਹਿਲਾਂ ਤਾਂ ਮੈਂ ਕਾਲਜ ਮੈਨੇਜਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਰੂਪ ਰੂਪ ਹੋਣ ਦਾ ਮੈਨੂੰ ਮੌਕਾ ਦਿੱਤਾ। ਹੈਲੋ, ਸਭ ਤੋਂ ਪਹਿਲਾਂ ਸਟੇਜ ਤੇ ਬੈਠੇ ਸਾਰੇ ਡੀਏਟੀ ਮੈਂਬਰ ਔਰ ਸਟਾਫ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਇੱਕ ਮਹੀਨੇ ਦੀ ਟ੍ਰੇਨਿੰਗ ਹੈ ਬੱਚਿਆਂ ਦੀ ਔਰ ਬਹੁਤ ਮਿਹਨਤ ਵੀ ਸੀ, ਤੁਹਾਡੇ ਸਾਹਮਣੇ ਆਈਟਮ ਪੇਸ਼ ਕਰ ਰਿਹਾ। ਸਾਰੇ ਜਗ ਮੇ ਕਹੀਂ ਨਹੀਂ ਹੈ
ਡਿਜ਼ਾਇਨਿੰਗ ਵੀ ਹੈ ਤੇ
ਤੇ ਹਰਵਿੰਦਰ ਬੀ ਏ ਸੈਕੰਡ ਈਅਰ ਦੀ ਸਟੂਡੈਂਟ। ਤਾੜੀਆਂ ਬੇਟਾ ਮੂੰਹ ਵਾਰ ਵਾਰ ਕਹਿਣਾ ਪੈਂਦਾ। ਹਾਂਜੀ ਸ਼ਾਰਟ ਫੁੱਟ ਫਸਟ ਰੀਟਾ ਸੈਕੰਡ ਹਰਵਿੰਦਰ ਇਹਨੇ ਸ਼ਾਰਟ ਫੁੱਟ ਦੇ ਬੱਚੇ ਫਸਟ ਤੇ ਸੈਕੰਡ। ਜੈਵਲਨ ਥਰੋ ਦੇ ਬੱਚੇ ਵੀਨਾ ਵਿਸ਼ੀਨਾ ਵੀਨਾ ਰਮਨਜੀਤ ਤੇ ਗਜੀ ਜੈਵਲਨ ਥਰੋ ਰਮਨਜੋਤ ਨਵਰੂਪ ਤੇ ਜੋਗਿੰਦਰੋ ਹੱਥ ਖੜੇ ਕਰੋ ਬੇਟਾ। ਰਮਨਜੋਤ ਨਵਰੂਪ ਐਂਡ ਜੋਗਿੰਦਰੋ ਬੱਚੇ ਤਿਆਰ ਹੋ। ਕੀ ਲੱਗ ਰਹੇ ਇਸ ਦੇ ਬੱਚੇ? ਹਾਂਜੀ ਸਲੋ ਸਾਈਕਲ ਰੇਸ ਸਤਿੰਦਰ ਫਸਟ ਸੰਦੀਪ ਸੈਕੰਡ ਤੇ ਜੋਗਿੰਦਰੋ ਥਰਡ। ਚਾਟੀ ਰੇਸ ਵਿੱਚ ਫਸਟ ਰਮਨਜੋਤ ਚਾਰ ਰਹੋ ਸੈਕੰਡ ਪਰਮਿੰਦਰ ਤੇ ਥਰਡ ਹਰਵਿੰਦਰ ਕੌਰ। ਤਿਆਰ ਰਹੋ ਬੱਚੇ ਚਾਟੀ ਰੇਸ ਦੇ ਬੱਚੇ। ਫਸਟ ਪੀ ਟੀ ਊਸ਼ਾ ਹਾਊਸ ਦੂਸਰਾ ਸਾਨੀਆ ਮਿਰਜ਼ਾ ਹਾਊਸ ਤੇ ਤੀਸਰਾ ਮੈਰੀ ਕੋਮ ਹਾਊਸ। ਟੀਚਰ ਦੇ ਬਾਅਦ ਜਲਦੀ ਚਲੇ ਜਾਓ ਤੁਸੀਂ ਵੀ। ਸ਼ਾਬਾਸ਼ ਫਸਟ ਪੀ ਟੀ ਊਸ਼ਾ ਹਾਊਸ ਸੈਕੰਡ ਸਾਨੀਆ ਮਿਰਜ਼ਾ ਹਾਊਸ ਔਰ ਸਾਡੇ ਬੱਚਿਆਂ ਨੇ ਤਿਆਰੀ ਕਰਾਉਣ ਦੇ ਵਿੱਚ ਭਰਪੂਰ ਯੋਗਦਾਨ ਪਾਉਂਦੇ ਨੇ ਮੇਰੀ ਮੁਰਾਦ ਨੇ। ਸਾਡੇ ਬੱਚੇ ਜੇ ਤੁਸੀਂ ਫ੍ਰੀ ਹੋ ਗਏ ਤਾਂ ਆਪਣੀ ਆਪਣੀ ਪੋਜੀਸ਼ਨ ਤੇ ਚਲੇ ਜਾਓ। ਸਾਡੇ ਕਾਲਜ ਦੇ ਪ੍ਰਿੰਸੀਪਲ ਪ੍ਰਧਾਨਤਾ ਚੇਅਰਪਰਸਨ ਨੂੰ ਸਪੋਰਟਸ ਦੇ ਵਿੱਚ ਪਰਫੈਕਟ ਕਰਨ ਦੇ ਲਈ ਸਾਡੀਆਂ ਸੇਵਾਵਾਂ ਸਾਨੂੰ ਜ਼ਰੂਰ ਮਿਲਣਗੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਜੀਓ ਆਇਆਂ ਨੂੰ ਜ਼ਰੂਰੀ ਇੰਸਟਰਕਸ਼ਨ ਜ਼ਰੂਰੀ ਗਾਈਡਾਂਸ ਜਿਹੜੀ ਨੇ ਦਿੰਦੇ ਰਹਿੰਦੇ ਨੇ ਜਿਨ੍ਹਾਂ ਦੀ ਸਦਕਾ ਸਾਡੀ ਕਬੱਡੀ ਦੀ ਟੀਮ ਜਿਹੜੀ ਹੈ ਉਹ ਵਿਨ ਕਰਦੀ ਹੈ। ਥੈਂਕ ਯੂ ਮੈਮ, ਥੈਂਕ ਯੂ ਸਰ। ਇਸਦੇ ਨਾਲ ਹੀ ਸਾਡੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਦੀ ਜਿਹੜੀ ਰਸਮ ਹੈ ਉਹ ਖਤਮ ਹੋ ਚੁੱਕੀ। ਸਰਦਾਰ ਪ੍ਰਗਟ ਸਿੰਘ ਜੀ MLA ਜਲੰਧਰ ਕੈਂਟ ਦੀ ਸ਼ਖਸੀਅਤ ਕਿਸੇ ਜਾਣ ਪਹਿਚਾਣ ਦੀ ਮੁਹਤਾਜ ਨਹੀਂ। ਜਿੱਥੇ ਪਹਿਲੇ ਉਹ ਦਾ ਗ੍ਰੇਟ ਸਪੋਰਟਸਮੈਨ ਆਫ ਇੰਡੀਆ ਦੇ ਤੌਰ ਤੇ ਭਾਰਤੀ ਨੌਜਵਾਨਾਂ ਦੇ ਦਿਲਾਂ ਤੇ ਰਾਜ ਕਰਦੇ ਰਹੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪ ਜੀ ਨੇ ਸਟੇਟ ਲੈਵਲ, ਨੈਸ਼ਨਲ ਲੈਵਲ, ਇੰਟਰਨੈਸ਼ਨਲ ਲੈਵਲ ਤੇ ਓਲੰਪਿਕ ਲੈਵਲ ਤੇ ਹਾਕੀ ਦੇ ਹੀਰੇ ਵਜੋਂ, ਹਾਕੀ ਦੇ ਹੀਰੋ ਵਜੋਂ ਆਪਣੀ ਸਾਖ ਨੂੰ ਸਥਾਪਿਤ ਕੀਤਾ। ਆਪ ਪੁਲਿਸ ਤੇ ਪ੍ਰਸ਼ਾਸਨ ਦੇ ਉੱਚ ਅਹੁਦਿਆਂ ਦੇ ਉੱਪਰ ਵੀ ਰਹੇ। ਆਪ ਜੀ ਇੱਕ ਦਰਵੇਸ਼ ਸਿਆਸਤਦਾਨ ਹਨ, ਨਾ ਕੇਵਲ ਆਪਣੇ ਇਲਾਕੇ ਪਰ ਦੂਰ ਦੁਰਾਡੇ ਇਲਾਕਿਆਂ ਤੋਂ ਪਹੁੰਚੇ ਸੱਜਣਾਂ ਦੀਆਂ ਮੁਸ਼ਕਲਾਂ ਨੂੰ ਵੀ ਤੁਰੰਤ ਹੱਲ ਕਰਵਾਉਣ ਲਈ ਅਗਰਸਰ ਰਹਿੰਦੇ ਹਨ। ਮੈਨੂੰ ਵੀ ਇੱਕ ਦੋ ਵਾਰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਮੈਂ ਦੇਖਿਆ ਕਿ ਕਿਸ ਤਰ੍ਹਾਂ ਲੋਕਾਂ ਦਾ ਤਾਂਤਾ ਇਹਨਾਂ ਦੇ ਘਰ ਦੇ ਵਿੱਚ ਲੱਗਿਆ ਹੁੰਦਾ ਹੈ ਤੇ ਕਿਸ ਤਨਦੇਹੀ ਤੇ ਗਰਮਜੋਸ਼ੀ ਦੇ ਨਾਲ ਉਹ ਹਰ ਇੱਕ ਦੀ ਬੇਨਤੀ ਨੂੰ ਧਿਆਨ ਨਾਲ ਸੁਣਦਿਆਂ ਉਸੇ ਸਮੇਂ ਹੱਲ ਕਰਾਉਣ ਲਈ ਕਾਰਜਸ਼ੀਲ ਹੁੰਦੇ ਹਨ। ਅਜਿਹਾ ਕੋਈ ਦਰਵੇਸ਼ ਸਿਆਸਤਦਾਨ ਹੀ ਕਰ ਸਕਦਾ ਹੈ। ਅਸੀਂ ਸਾਰੇ ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਨ ਅਰਦਾਸ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਆਪ ਨੂੰ ਹੋਰ ਹੌਸਲਾ ਤੇ ਸ਼ਕਤੀ ਬਖਸ਼ੇ ਤਾਂ ਜੋ ਆਪ ਲੋਕ ਕਲਿਆਣ ਲਈ ਵਧੇਰੇ ਯੋਗਦਾਨ ਪਾ ਸਕੋ।